ਓਏ ਹਾਂ ਬਈ, ਆ ਹੁਣ ਕੀ ਬਣਾਉਣ ਲੱਗੇ ਤੁਸੀਂ? ਬੇਸਣ ਬੇਸਣ ਦੇ ਲੱਡੂ। ਬੇਸਣ ਦੇ ਲੱਡੂ? ਅੱਛਾ, ਇਹ ਕੀ ਆ ਵਿੱਚ ਮੱਖਣ ਪਾਇਆ? ਕੀ ਆ? ਘਿਓ? ਦੇਸੀ ਘਿਓ। ਅੱਛਾ, ਦੇਸੀ ਘਿਓ, ਠੀਕ ਆ। ਕਿੰਨਾ ਦੇਸੀ ਘਿਓ? 1 ਕਿਲੋ। 1 ਕਿਲੋ, ਠੀਕ ਹੈ, ਠੀਕ ਹੈ, ਠੀਕ ਹੈ, ਠੀਕ ਆ। ਬੇਸਣ ਦੇ ਲੱਡੂ ਹੈ ਨਾ, ਜਿਹੜੇ ਹਲਵਾਈ ਦੀ ਦੁਕਾਨ ਤੋਂ ਵਧੀਆ ਮਿਲਦੇ ਆ ਨਾ, ਠੀਕ ਹੈ, ਠੀਕ ਹੈ। ਘਰੇ ਬਣਾਵਾਂਗੇ ਤੇ ਥੋੜੇ ਸਸਤੇ ਪੈ ਜਾਣਗੇ ਆਪਾਂ ਨੂੰ। ਸਸਤੇ ਤੇ ਵਧੀਆ ਵੀ ਬਣਨਗੇ, ਹਾਂ ਹਾਂ। ਸਾਨੂੰ ਪਤਾ ਪਤਾ ਨਹੀਂ ਕੀ ਕੀ ਪਾਇਆ, ਉਹਨਾਂ ਨੇ ਪਤਾ ਨਹੀਂ ਕੀ ਕੀ ਪਾਇਆ ਹੁੰਦਾ, ਨਾਲ ਕਿਵੇਂ ਦਾ ਬਣਾਇਆ ਹੁੰਦਾ। ਇਹ ਤਾਂ ਹੈ। ਲਓ ਜੀ, ਨਾਲ ਹੀ ਆਪਾਂ ਆ ਕੀ ਹੈ, ਬੇਸਣ। ਬੇਸਣ ਇਹ ਵਾਲਾ ਹੀ ਹੈ। ਇਹ ਥੋੜਾ ਮੋਟਾ ਹੁੰਦਾ ਨਾ, ਤਾਂ ਕਰਕੇ ਇਹਦੇ ਲੱਡੂ ਵਧੀਆ ਬਣਦੇ ਆ। ਅੱਛਾ, ਬਾਕੀ ਬਾਰੀਕ ਹੁੰਦਾ ਉਹ ਤੇ ਫਿਰ ਬਰਫੀ ਬਣ ਜਾਂਦੀ ਉਹਦੀ, ਠੀਕ ਹੈ, ਲੱਡੂ ਨਹੀਂ ਬਣਦੇ। ਅੱਛਾ, ਉਹ ਜਿੱਦਾਂ ਆਪਾਂ ਪਿਛਲੀ ਵਾਰੀ ਬਣਾਏ ਸੀ ਹੈ ਨਾ। ਅੱਛਾ, ਉਹ ਬਰਫੀ ਸੀ, ਹਾਂ ਬਾਰੀਕ ਸੀ ਹੈ ਨਾ, ਤਾਂ ਕਰਕੇ। ਅੱਛਾ, ਤਾਂ ਕਰਕੇ ਉਹਦੀ ਬਰਫੀ ਬਣਾਈ ਸੀ ਹੈ ਨਾ। ਤੇ ਡਰਾਈ ਫਰੂਟ ਪਾਈ ਦੇ ਇਹਦੇ ਵਿੱਚ? ਡਰਾਈ ਫਰੂਟ ਸਾਰੇ ਕੱਟੇ ਹੋਏ ਆ ਆਪਾਂ ਸਾਰੇ। ਅੱਛਾ, ਦਿਖਾਓ। ਓਕੇ, ਸਾਰਾ ਮਿਕਸਚਰ ਰੈਡੀ ਹੈ। ਓਕੇ, ਕਾਜੂ ਬਦਾਮ ਕਿਸ਼ਮਿਸ਼ ਹੈ ਨਾ। ਓਕੇ, ਠੀਕ ਠੀਕ। ਅੱਛਾ, ਇਹ ਅੱਧਾ ਅੱਧਾ ਕਿਲੋ ਦੇ ਆ? ਅੱਧਾ ਦੇ ਦੋ। 1 ਕਿਲੋ ਦੇ ਵਿੱਚ 2 ਕਿਲੋ ਪਾ ਦੇਣਾ। ਓਕੇ, 1 ਕਿਲੋ ਘਿਓ ਦੇ ਵਿੱਚ 2 ਕਿਲੋ ਬੇਸਣ ਪਾਉਣਾ ਹੈ ਨਾ। ਓਕੇ, ਤੇ ਚੀਨੀ ਆਪਣੇ ਅਕੋਰਡਿੰਗਲੀ ਪਾ ਲੈਣੀ ਹੈ ਕਿ ਜਿੰਨੀ ਕੋਈ ਖਾਂਦਾ ਮਿੱਠਾ ਓਨਾ ਕੁ ਮਿੱਠਾ ਪਾ ਲੈਣਾ ਬਸ। ਓਕੇ, ਚੀਨੀ ਵੀ ਆਪਾਂ ਪੀਸੀ ਵਾਲੀ ਲੈਤੀ ਹੈ, ਮੋਟੀ ਲੈਤੀ ਨਹੀਂ। ਅੱਛਾ, ਬੂਰਾ ਚੀਨੀ ਹੈ ਨਾ। ਓਕੇ ਓਕੇ, ਠੀਕ ਹੈ, ਠੀਕ ਆ। ਹਾਂਜੀ, ਤੇ ਹੁਣ ਇਹਨੂੰ ਕਿੰਨੀ ਦੇਰ ਤੱਕ ਭੁੰਨਣਾ? ਇਦਾਂ ਚੰਗੀ ਤਰ੍ਹਾਂ ਭੁੰਨਣਾ ਜਦੋਂ ਤੱਕ ਹਲਕਾ ਜਿਹਾ ਬਰਾਊਨ ਨਾ ਹੋ ਜਾਵੇ, ਤੇ ਜ਼ਿਆਦਾ ਡਾਰਕ ਬਰਾਊਨ ਰੈੱਡ ਜਿਹਾ ਕਲਰ ਹੋ ਜਾਂਦਾ ਹੁੰਦਾ ਇਹਦਾ। ਅੱਛਾ, ਥੋੜਾ ਜਿਹਾ ਬਸ, ਉਹਨਾਂ ਕੀ ਕਰਨਾ ਆਪਾਂ। ਉਸ ਤੋਂ ਬਾਅਦ ਬਸ ਆਹ ਪਾ ਦੇਣੀ ਆ, ਡਰਾਈ ਫਰੂਟਸ ਪਾ ਦੇਣੇ। ਤੇਜ਼ ਤੇ ਨਹੀਂ ਭੁੰਨਣਾ, ਸਲੋ ਤੇ ਭੁੰਨਣਾ ਬਿਲਕੁਲ। ਓਕੇ, ਬਿਲਕੁਲ ਸਲੋ ਤੇ, ਠੀਕ ਹੈ, ਠੀਕ ਹੈ, ਠੀਕ। ਤਾਂ ਹੀ ਇਹਦਾ ਕਲਰ ਚੇਂਜ ਹੋਣਾ ਅੱਛੇ ਤੇ। ਆਹ ਫਿਰ ਭੁੰਨਿਆ ਵੀ ਚੰਗੀ ਤਰ੍ਹਾਂ ਫੇਰ ਹੀ ਜਾਏਗਾ ਨਾ ਸਲੋ ਤੇ, ਨਹੀਂ ਤਾਂ ਇਹਨੇ ਜਲਦੀ ਡਾਰਕ ਹੋ ਜਾਣਾ ਤੇ ਭੁੰਨਣਾ ਹੈ ਨਹੀਂ, ਕਾਲਾ ਹੋ ਜਾਣਾ ਇਹਨੇ। ਇਹਨੂੰ ਬਾਰ ਬਾਰ ਇੱਦਾਂ ਹਿਲਾਈ ਜਾਣਾ ਪੈਣਾ ਨਾ, ਰੁਕਣਾ ਨਹੀਂ, ਸਲੋ ਸਲੋ ਬਸ ਇੱਦਾਂ ਹਿਲਾਈ ਜਾਓ। ਓਕੇ ਓਕੇ, ਠੀਕ ਠੀਕ ਠੀਕ। ਅੱਛਾ ਵੀ, ਇੱਕ ਗੱਲ ਹੋਰ, ਇਹ ਨਾ ਉੱਪਰੋਂ ਦੇਖੋ ਝੱਗ ਲੈਣਾ, ਇਹਦੀ ਵਾਈਟ ਲੱਗ ਰਹੀ ਹੈ ਤੇ ਲੱਗ ਨਹੀਂ ਲੱਗ ਰਹੀ ਹੈ, ਘਿਓ ਹੈ। ਹਾਂ ਉਹੀ, ਮਤਲਬ ਕਿ ਜਿਹੜੀ ਜਾਲੀ ਦੇ ਉੱਪਰ, ਹਾਂ ਵਿੱਚੋਂ ਇਹ ਦੇਖੋ ਬਰਾਊਨ ਹੋ ਗਿਆ ਆ, ਤੇ ਉੱਪਰੋਂ ਇਹ ਆ ਦੇਖੋ ਨਾ, ਉੱਪਰੋਂ ਹਲੇ ਵੀ ਵਾਈਟ ਵਾਈਟ ਲੱਗ ਰਿਹਾ, ਬਟ ਇਹ ਭੁੱਜ ਗਿਆ ਕਾਫੀ। ਉਸ ਹਿਸਾਬ ਨਾਲ ਤੁਸੀਂ ਦੇਖਣਾ ਕਿ ਜ਼ਿਆਦਾ ਵੀ ਨਾ ਕੌੜਾ ਨਾ ਹੋ ਜਾਏ, ਫਿਰ ਸੜਕੇ ਜ਼ਿਆਦਾ ਸੜ ਨਾ ਜਾਏ, ਨਹੀਂ ਤਾਂ ਫਿਰ ਕੌੜਾ ਹੋ ਜਾਣਾ। ਫਿਰ ਇਹਨੂੰ ਠੰਡਾ ਕਰਕੇ ਫਿਰ ਇਹਦੇ 'ਚ ਪਾਵਾਂਗੇ ਚੀਨੀ। ਹੌਲੀ ਹੌਲੀ ਗੈਸ ਪਹਿਲਾਂ ਘਟਾਉਣੀ ਹੈ, ਫਿਰ ਇਹਨੂੰ ਓਨੇ ਕਿਤੇ ਰੱਖਣਾ ਹੈ ਕਿ ਹਾਂ ਇਹ ਥੋੜਾ ਭੁੱਜਦਾ ਵੀ ਰਹੇ, ਤੇ ਫਿਰ ਉਹਦੇ ਵਿੱਚ ਚੀਨੀ ਪਾਣੀ ਹੈ ਆਪਾਂ ਬਾਅਦ। ਠੀਕ ਹੈ, ਬਸ ਇਹੀ ਇਹੀ ਧਿਆਨ ਰੱਖਣਾ ਕਿ ਅੱਜ ਉੱਪਰ ਜਿਹੜੀ ਜਾਲੀ ਜੀ ਹੈ ਨਾ, ਇਹ ਲੱਗਦੀ ਆ ਆਪਾਂ ਨੂੰ ਵਾਈਟ ਵਾਈਟ ਜੀ ਕਿ ਭੁੱਜਿਆ ਨਹੀਂ ਹੈਗਾ, ਬਟ ਆਹ ਦੇਖੋ ਵਿੱਚ ਵਿਚਲੀ ਸਾਈਡ ਦੇਖੋ ਕਿੱਦਾਂ ਭਿੱਜ ਭੁੱਜਿਆ ਹੋਇਆ, ਆਹ ਦੇਖੋ ਬਰਾਊਨ ਹੈ, ਉੱਪਰੋਂ ਯੈਲੋ ਯੈਲੋ ਆ। ਬਸ ਇਹ ਧਿਆਨ ਰੱਖਣਾ ਕਿਤੇ ਉੱਪਰ ਵਾਲੀ ਜਾਲੀ ਦੇ ਭੁਲੇਖੇ ਤੁਸੀਂ ਹਲੇ ਭੁੰਨੀ ਜਾਓ ਇਹਨੂੰ, ਹੈ ਨਾ। ਲਓ ਜੀ, ਗੈਸ ਆਪਾਂ ਕਰ ਦਿੱਤਾ ਬੰਦ, ਹੁਣ ਥੋੜ੍ਹੀ ਦੇਰ ਇਹਨੂੰ ਇੱਦਾਂ ਹੀ ਹਿਲਾਵਾਂਗੇ, ਕਿਉਂਕਿ ਨਾ ਕਾਫੀ ਗਰਮ ਹੁੰਦੀ ਕੜਾਹੀ ਔਰ ਇਹਦੇ ਵਿੱਚ ਵੀ ਗਰਮੈਸ਼ ਬਹੁਤ ਜ਼ਿਆਦਾ ਹੁੰਦੀ ਆ, ਸੋ ਇਸ ਕਰਕੇ 2 ਮਿੰਟ ਇੱਦਾਂ ਵੀ ਹਿਲਾਉਣੀ ਪੈਣੀ ਆਪਾਂ ਨੂੰ, ਠੀਕ ਹੈ ਜੀ, ਜ਼ਿਆਦਾ ਸੜੇ ਨਾ, ਇਸ ਕਰਕੇ ਬਸ ਧਿਆਨ ਦੇਣਾ ਕਿ ਬਰਾਊਨ ਜਿਹਾ ਹੋ ਗਿਆ ਬਸ। ਹਾਂਜੀ, ਆਹ ਦੇਖੋ ਇਹ ਹੋ ਗਿਆ ਰੈੱਡ ਆਪਣਾ, ਠੀਕ ਹੈ ਜੀ, ਬੇਸਣ ਝੱਗ ਜੀ ਵੀ ਦੇਖੋ ਪੂਰੀ ਐਂ ਰੈੱਡ ਰੁੱਡ ਜੀ ਹੋ ਗਈ ਸਾਰੀ ਨਾ,
ਤੇ ਸਾਰਾ ਭੁੱਜ ਗਿਆ, ਟੇਸਟ ਕਰ ਲਿਆ। ਤੇ ਹੁਣ ਇਹਦੇ ਵਿੱਚ ਪਾਣੀ ਆਪਾਂ ਥੋੜ੍ਹਾ ਠੰਡਾ ਕਰਕੇ ਇਹਨੂੰ ਚੀਨੀ ਥੋੜ੍ਹਾ ਠੰਡਾ ਕਰਕੇ ਪਾਉਣੀ, ਹੈ ਨਾ, ਚੀਨੀ ਠੰਡਾ ਕਰਕੇ ਪਾਉਣੀ ਨਾ, ਬਸ ਇੱਦਾਂ ਹਿਲਾਈ ਜਾਣਾ ਆਪੇ, 2-4 ਮਿੰਟ ਤੱਕ ਠੰਡਾ ਹੋ ਜਾਣਾ ਇਹਨੇ ਇਸੇ ਕੜਾਈ ਦੇ ਵਿੱਚ। ਮਤਲਬ ਜਦ ਤੱਕ ਠੰਡਾ ਨਹੀਂ ਕਰਨਾ ਹੁੰਦਾ, ਇੰਨੀ ਗਰਮੈਸ਼ ਦੇ ਵਿੱਚ ਉਹ ਕਰ ਲੈਣਾ ਨਾ, ਗਰਮੈਸ਼ ਕੱਢ ਦੇਣੀ ਬਸ 2-4 ਮਿੰਟ ਚ। ਹਾਂ, ਨਹੀਂ ਤਾਂ ਫਿਰ ਪਾਣੀ ਛੱਡ ਜਾਂਦਾ ਫਿਰ ਇਹ, ਚੀਨੀ ਨੇ ਆਪਣਾ ਪਾਣੀ ਛੱਡ ਦੇਣਾ ਨਹੀਂ ਤਾਂ, ਹੈ ਨਾ। ਹਾਂ ਠੀਕ ਆ, ਓਕੇ। ਲਓ ਜੀ, ਟਾਈਮ ਆ ਗਿਆ ਆਪਣਾ ਚੀਨੀ ਦਾ, ਬੂਰਾ ਚੀਨੀ। ਇਹ ਕਿੰਨੀ ਹੈ ਬੂਰਾ ਚੀਨੀ, ਕਿੰਨੀ ਇਹਦੇ ਵਿੱਚ? 1 ਕਿਲੋ ਹੈ, 2 ਕਿਲੋ ਬੇਸਨ ਚ, 1 ਕਿਲੋ ਬੂਰਾ ਚੀਨੀ ਪਾਉਣੀ ਹੈ। 1 ਕਿਲੋ ਪਾ ਕੇ ਦੇਖਾਂਗੇ, ਜੇ ਆਪਣਾ ਟੇਸਟ ਉਨਾ ਕੁ ਬਣਿਆ ਜਿੰਨਾ ਕੁ ਆਪਾਂ ਖਾਣੇ ਆ ਮਿੱਠਾ ਤਾਂ ਠੀਕ ਹੈ, ਜੇ ਘੱਟ ਹੋਈ ਥੋੜੀ ਹੋਰ ਪਾ ਲਾਂਗੇ, ਹੈ ਨਾ, ਤਾਂ ਹੋਰ ਪਾ ਲਾਂਗੇ। ਆਹੋ, ਆਪਣਾ ਕਿਹੜਾ ਹਲਵਾਈਆਂ ਵਾਲਾ ਕੰਮ ਆ ਕਿ ਰੋਜ਼ ਦਾ, ਕਿ ਹਾਂ ਵੀ ਉਨੀ ਪਤਾ ਹੀ ਹੱਥ ਬੈਠਾ ਹੋਵੇ। ਮਿੱਠਾ ਵੀ ਤਾਂ ਆਪਣੇ ਆਪਣੇ ਹਿਸਾਬ ਦਾ ਹੁੰਦਾ, ਕਈ ਘੱਟ ਮਿੱਠਾ ਖਾਂਦੇ ਆ, ਕਈ ਹਾਂ ਜਿੱਦਾਂ ਹੁਣ ਤੁਸੀਂ ਘੱਟ ਖਾਂਦੀਆਂ ਦੋਨੋਂ ਜਣੀਆਂ, ਤੇ ਮੈਨੂੰ ਥੋੜਾ ਜ਼ਿਆਦਾ ਚਾਹੀਦਾ ਹੁੰਦਾ ਮਿੱਠਾ, ਆਪਣੇ ਘਰ ਦੇ ਵਿੱਚ ਵੀ ਤਾਂ ਫਰਕ ਆ। ਇੱਦਾਂ ਥੋੜੀ ਥੋੜੀ ਕਰਕੇ ਚੀਨੀ ਪਾਈ ਜਾਣੀ ਤੇ ਮਿਕਸ ਕਰੀ ਜਾਣੀ। ਲਓ ਜੀ, ਚੀਨੀ ਪਾ ਕੇ ਘੁਮਾ ਤਾ ਆਪਾਂ ਚੰਗੀ ਤਰ੍ਹਾਂ, ਤੇ ਹੁਣ ਇਹਦੇ ਉੱਤੇ ਡਰਾਈ ਫਰੂਟਸ ਦੀ ਆ ਗਈ ਵਾਰੀ। ਡਰਾਈ ਫਰੂਟਸ ਵੀ ਹੌਲੀ ਹੌਲੀ ਕਰਕੇ ਪਾਣੇ, ਕਿ ਸਾਰੇ ਖਿਲਰ ਜਾਣ। ਲੋ ਜੀ, ਚੀਨੀ ਆਪਣੀ ਥੋੜੀ ਸੀਗੀ ਘੱਟ, ਚੈੱਕ ਆਪਾਂ ਕਰ ਲਈ ਸੀ ਇਹਦੇ ਵਿੱਚ ਤਾਂ ਥੋੜੀ ਕੱਢ ਕੇ, ਹੁਣ ਆਪਾਂ ਥੋੜੀ ਥੋੜੀ ਫੇਰ ਨਾਲ। ਹਾਂਜੀ ਬੇਬੀ, ਆ ਜਾਓ, ਹੁਣ ਆਪਾਂ ਥੋੜੀ ਥੋੜੀ ਫੇਰ ਚੀਨੀ ਵਿੱਚ ਪਾ ਲਈ ਇਹਦੇ, ਠੀਕ ਨੀ। ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਦੁਬਾਰਾ ਹਿਲਾ ਦਿਆਂਗੇ। ਗੈਸ ਆਪਣੀ ਬੰਦ ਹੀ ਆ, ਆਪਾਂ ਗੈਸ ਬੰਦ ਦੇ ਉੱਤੇ ਯਾਦ ਕਰਨਾ ਕਰਨਾ ਸਾਰਾ, ਗੈਸ ਨਹੀਂ ਔਨ ਕਰਨੀ। ਲਓ ਜੀ, ਲੱਡੂ ਆਪਣੇ ਹੋ ਗਏ ਬਣਨੇ ਸਟਾਰਟ। ਹਾਂਜੀ, ਤੁਸੀਂ ਕੁਛ ਕਹਿਣਾ ਚਾਹੋਗੇ ਬਈ ਲੱਡੂਆਂ ਬਾਰੇ? ਨਹੀਂ, ਲੱਡੂ ਬਹੁਤ ਟੇਸਟੀ ਹੈ, ਅਸੀਂ ਬੇਸਣ ਖਾ ਕੇ ਦੇਖ ਲਿਆ। ਅੱਛਾ, ਆਹੀ ਖਾ ਕੇ ਦੇਖ ਲਿਆ ਹੈ ਲੱਡੂ ਬਣਾਉਣ ਦੇ? ਟੋਰੀ ਪਾ ਕੇ ਦੇਖ ਲਿਆ ਅਸੀਂ ਖਾ ਕੇ। ਇਹ ਰਾਤੀ ਆਪਾਂ ਪਹਿਲਾਂ ਬਣਾ ਕੇ ਰੱਖ ਲਿਆ ਸੀਗਾ, ਠੰਡਾ ਹੋ ਗਿਆ ਹੁਣ ਸਵੇਰ ਤੱਕ, ਤੇ ਹੁਣ ਦੇਖੋ ਆਪਾਂ ਇਹ ਬਣਾ ਰਹੀਆਂ ਲੱਡੂ। ਆਹ ਦੇਖੋ ਲੱਡੂ, ਦੇਖੋ ਕਿੰਨੇ ਵਧੀਆ ਬਣੇ ਆ, ਨਾਲੇ ਘਰ ਦੇ ਐਨ ਵਧੀਆ ਫਰੈਸ਼ ਲੱਡੂ, ਤੇ ਨਾਲੇ ਸਸਤੇ ਵੀ, ਦੁਕਾਨ ਨਾਲ ਤਾਂ ਬਹੁਤ ਸਸਤੇ ਪੈਣੇ ਆ ਇੱਥੇ, ਜੇ ਇੰਨੇ ਹੀ ਲੱਡੂ ਅਸੀਂ ਕਿਤੇ ਦੁਕਾਨ ਤੋਂ ਲੈਂਦੇ ਤਾਂ ਕਿੰਨੇ ਮਹਿੰਗੇ ਪੈਣੇ ਸੀਗੇ। ਹਰਮਨ, ਹਰਮਨ ਵੀ ਮਜ਼ੇ ਲੈਂਦਾ ਵਾ, ਹਰਮਨ ਵੀ ਬਣਾਏਗਾ ਲੱਡੂ। ਹਰਮਨ ਲੱਡੂ ਬਣਾਉਣੇ, ਬਣਾਓ ਫਿਰ, ਚਲੋ ਬਣਾਓ ਲੱਡੂ, ਬਣਾ ਕੇ ਦਿਖਾਓ ਪਾਪਾ ਨੂੰ, ਪਹਿਲਾਂ ਲੱਡੂ ਬਣਾ ਕੇ ਦਿਖਾਓ ਪਾਪਾ ਨੂੰ, ਇਹਨੂੰ ਰੱਖ ਦਿਓ, ਹਮੇ ਖਿਲਰ ਜਾਏਗਾ।